ਹਾਂਜੀ ਦੋਸਤੋ, ਆਪਾਂ ਫੇਰ ਕੱਲ੍ਹ 'ਚ ਗੱਡੀ ਫੇਰ ਧੋਣ ਲੱਗੀਆਂ, ਪਤਾ ਕਿਉਂ? ਬਹੁਤ ਗੰਦੀ ਹੋਈ ਪਈ ਮੀਂਹ ਦੇ ਕਾਰਨ। ਇੱਧਰੋਂ ਹਲ ਚੱਕ ਕਰ ਲਓ, ਆ ਚਾਰਾ ਟੁੱਟਾ ਬੰਪਰ, ਕੋਈ ਨਹੀਂ, ਇਹਨੂੰ ਆਪਾਂ ਹੁਣ ਇੱਕ ਦੋਵਾਂ ਦਿਨਾਂ 'ਚ ਕਰ ਦਾਂਗੇ ਸਹੀ। ਬਾਕੀ ਕੋਈ ਚੱਕਰ ਨਹੀਂ, ਦੇਖੋ ਪਿੱਛੋਂ ਕਿੰਨੀ ਗੰਦੀ ਹੋ ਰਹੀ। ਆਪਾਂ ਹੁਣ ਇੱਕ ਘੰਟੇ ਇਹਨੂੰ ਕੀ ਕਰ ਦੇਣਾ, ਮੰਗਾਂ ਇੱਧਰ ਚੈੱਕ ਕਰ ਲਓ ਕਿੰਨੀ ਗੰਦੀ। ਆਪਾਂ ਵਿੱਚੋਂ ਵੀ ਐਂ ਪਾਲਚ ਪੁਲਚ ਮਾਰ ਕੇ ਆ, ਪਾਲਚ ਹੈਗੀ ਆਪਣੇ, ਪਾਲਚ ਹੈਗੀ ਆ ਕਰਕੇ ਓਕੇ ਤਰ੍ਹਾਂ ਵਿੱਚੋਂ ਵੇਖਾਂ ਮੈਂ ਕਿੱਦਾਂ ਕਰਦਾ ਪੂਰਾ ਸੈੱਟ, ਅਤੇ ਵੇਖੀ ਜਾਈਏ ਹੁਣ ਘੰਟਾ ਠਹਿਰ ਜਾ ਮਤਲਬ ਹੁਣ ਇੱਕ ਘੰਟੇ ਬਾਅਦ ਵੇਖੋ ਵੀ ਕਿੱਦਾਂ ਦੀ ਹੁੰਦੀ ਕਾਰ, ਐਂ ਪੂਰੀ ਤਰ੍ਹਾਂ ਨਵੀਂ ਤਾਂ ਨਵੀਂ। ਲਓ ਵੀ ਮਿੱਤਰੋ, ਤਾਂ ਮੈਂ ਹੁਣ ਆਹ ਸਾਰਾ ਹੀ ਡੈਸ਼ਬੋਰਡ ਐਂ ਪੱਕੀ ਕਰਤਾ, ਓਕੇ ਕਰਤਾ, ਵੇਖੋ ਹੋ ਗਈ ਪੂਰੀ ਤਰ੍ਹਾਂ ਸਫਾਈ, ਅਤੇ ਬਸ ਪਿੱਛੇ ਪਿੱਛੇ ਹੀ ਰਹਿ ਗਈ। ਬਾਕੀ ਮੈਂ ਕਾਰ ਆ ਵੀ ਧੋਤੀ, ਕੀ ਗਾਣੀ ਮਾਫਰ ਇਹਨੂੰ ਕਰ ਅੱਜ ਨਾ ਲੈ 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 ਔਖਾ ਤੇ। ਲਓ ਜੀ ਗੱਡੀ ਤਾਂ ਪੂਰੀ ਹੋ ਗਈ A1, ਚੈੱਕ ਕਰ ਸਕਦੇ ਤੁਸੀਂ ਵਿੱਚੋਂ ਵੀ ਪੂਰੀ ਓਕੇ ਕਰਤੀ ਆਪਾਂ ਜੀ। ਹਾਂਜੀ ਹੋ ਗਈ ਨਾ ਓਕੇ, ਅਤੇ ਆਪਾਂ ਬਸ ਇੱਦਾਂ ਹੀ ਕਰਦੇ ਸਾਹਿਬ, ਘੰਟਾ ਦੋ ਘੰਟੇ ਲਾਏ ਆਪਾਂ ਪਾਲਚ 'ਤੇ ਵੀ, ਕਿਆ ਬਾਤ ਆ। ਅਤੇ ਮੇਰਾ ਹਾਲ ਵੇਖੋ, ਬਹੁਤ ਮੰਦਾ ਹਾਲ ਆ, ਕੀ ਕਰੀ ਆਪਣੀਆਂ ਫਿਰ ਸਾਫ ਕਰਦੀ, ਆਪਣਾ ਮੌਸਮ ਕਰਦੇ ਸਾਫ਼। ਮੈਂ ਇਹਦੀ ਹਵਾ ਆਇਆ ਚੈੱਕ ਕਰਾਉਣ, ਹਵਾ ਘੱਟ ਚਾਹੁੰਦਾ, ਇਹ 'ਚ ਘੱਟ ਆ, ਠੀਕ ਆ ਉਹ 'ਚ ਵੀ ਵੇਖ ਲਈ ਇਹ 'ਚ ਵੀ ਓਕੇ ਆ। ਹਾਂਜੀ ਜੀ, ਮਨਦੀਪ ਮੰਡਾਰੂ ਹੁਣੀ ਆਉਂਦੇ ਆ ਮੇਰੇ ਕੋਲ, ਬਸ ਆ ਗਏ ਪਿੰਡ 'ਚ, ਅਤੇ ਆ ਜਾਓ ਅਤੇ ਮਿਲਦੇ ਹਾਂ ਨਾਲੇ ਉਹਨੂੰ, ਅਤੇ ਨਾਲ ਉਹਦੀ ਵਾਈਫ ਨਾਲੇ ਦੀ ਛੋਟੀ, ਅਤੇ ਆ ਜਾਓ ਫਿਰ ਮਿਲਦੇ ਹਾਂ ਨਾਲੇ ਉਹਨੂੰ, ਕਾਰ ਕੋਲ ਧੋਤੀ ਆ, ਅਤੇ ਆਹ ਵਾਲ ਪੇਪਰ ਆ ਇੱਥੇ ਪਿਲਾਉਣਾ ਮੈਂ। ਹਾਲੇ ਤੱਕ ਪਿਆ ਨਹੀਂ, ਪਤਾ ਨਹੀਂ ਕੀ ਕਹਿੰਦਾ ਜੀ ਆ ਦੋਸਤੋ, ਆਉਂਦੇ ਵੀ ਆ ਗਿਆ, ਪਤਾ ਨਹੀਂ ਕੀ ਚੱਕਰ ਆਇਆ ਨਹੀਂ ਆਇਆ, ਉਹਨੇ ਆਪਾਂ ਵਿਹਨੇ ਹਾਂ ਦੋਸਤੋ। ਚਲੋ ਫਿਰ ਆ ਗਏ ਦੋਸਤੋ, ਕੀ ਹਾਲ ਚਾਲ ਦੋਸਤੋ, ਸਤਿ ਸ਼੍ਰੀ ਅਕਾਲ ਦੋਸਤ, ਚਲੋ ਯਾਰ ਵੀ ਮਿਲਾ ਦੋਸਤ, ਕੋਕੀ ਕੋਕੀ ਗੋਪੀ ਕਹਿੰਦੇ ਕਰੀ ਚਲਾ ਮੇਰਾ ਪੁੱਤ ਦੋਸਤ। ਲੈਂਦਾ ਸਮਾਨ ਸਾਰਾ ਗੱਡੀ ਗੱਡੀਆਂ ਮਿਹਨਤ ਬੋਲਦੀ ਆ। ਆਪਾਂ ਚੱਲੇ ਹਾਂ ਘਰ, ਗਰਮੀ ਬਹੁਤ ਜ਼ਿਆਦਾ ਹੋ ਗਈ ਆ ਦੱਸਿਆ ਦੋਸਤੋ, ਚਲੋ ਕੋਈ ਨਹੀਂ, ਗਰਮੀ ਤਾਂ ਬੜਾ ਆਖਰ ਦੀ ਦਿੰਦੀ ਸਾਰਾ ਦੇਖੋ ਉਸ
ਤੇ ਹਾਫ ਪਲੇਟ ਲੈ ਵੀ ਗੋਪੀ ਨੇ ਮੈਟ ਧੋਤੇ ਕਰਤੇ ਸਾਫ ਚਲੋ ਕੋਈ ਨਾ ਕੋਈ ਹੱਟ ਤੇ ਹਿਲਾਏ ਭਰਾਵਾ ਅਗਲਾ ਪਤਾ ਕਹਿੰਦਾ ਡਰਦਾ ਆਪਣੀ ਘਰ ਦੀ ਕੋਲੋਂ ਕਹਿੰਦਾ ਮੈਨੂੰ ਉਹਨੇ ਕੁੱਟ ਕੁੱਟ ਕੇ ਲਾਲ ਕਰ ਦੇਣਾ ਸਮੋਸੇ ਅੱਗੋਂ ਲੈ ਆਈਏ ਮਖੌਲ ਲਿਆ ਕਹਿੰਦਾ ਮੈਂ ਵੀ ਕਹਿ ਤਾ ਫਿਰ ਕੇ ਪੋਲੇ ਜੇ ਮੈਂ ਮੇਰਾ ਵੀ ਤੇਰੇ ਵਾਲੇ ਹਾਲ ਆ ਹਾਂਜੀ ਹਾਂਜੀ ਕੀ ਗੱਲ ਮੈਂ ਆਪਣੀ ਜ਼ਬਾਨ ਨੂੰ ਗੰਢ ਦੇਣੀ ਆ ਸਮੋਸੇ ਵੀ ਖਾ ਲੈਣਾ ਨਾ ਸਾਰਾ ਕੁਝ ਖਾਵਾਂਗੇ ਤੇ ਚਿੰਤਾ ਨਾ ਕਰ ਬਸ ਹਾਂਜੀ ਹਾਂਜੀ ਦੋਸਤੋ ਕੀ ਲੈਣਾ ਪੁੱਤ ਨੇ ਮੇਰੇ ਨੇ ਕਿਹੜੀ ਚੀਜ਼ ਦੀ ਆਹ ਚੀਜ਼ ਦੀ ਪੁੱਤ ਸਾਰੀਆਂ ਮੁਰਗਾ ਚੱਲਣ ਡਿਆ ਚੀਜ਼ੀ ਆ ਲੈ ਦੋਸਤੋ ਸਾਡਾ ਪੁੱਤ ਨਹੀਂ ਉਹ ਹੈਡਫੋਨ ਕੋਈ ਨੀ ਇੱਧਰ ਆ ਨਹੀਂ ਨਹੀਂ ਡਿੱਗਦੀ ਨਹੀਂ ਡਿੱਗਦੀ ਇਹ ਸ਼ੇਰ ਪੁੱਤ ਸਾਡਾ ਸ਼ੇਰ ਪੁੱਤ ਇੱਧਰ ਆ ਚਾਹ ਬਣਾਉਣ ਲੱਗ ਪਏ ਮਨਦੀਪ ਬਣਾਉਣ ਵਾਸਤੇ ਮਨਦੀਪ ਨੇ ਵਾਂਗੂ ਲਾਇਆ ਕਿੱਡਾ ਸੋਹਣਾ ਹੁੰਦਾ ਆਪੇ ਲਾਇਆ ਨਹੀਂ ਕੋਈ ਨੀ ਇੱਥੋਂ ਮੈਂ ਉਹ ਜਿਹੜਾ ਬਲ ਬਿਲ ਲੈ ਕੇ ਮੈਂ ਲਾ ਰਿਹਾ ਕਿਚਨ ਚਾਹ ਬਣੀ ਆ ਅਤੇ ਮੰਮੀ ਵੱਖਾਂ ਲਾਇਆ ਕੂਲਰ ਲਾਇਆ ਇਹਨੂੰ ਹੁਣ ਕਰਕੇ ਕੱਲ੍ਹ ਆਪਾਂ ਧੋ ਧੋ ਦਿੱਤਾ ਦੇਖੋ ਲੰਮੇ ਪਏ ਆ ਵੀ ਸਾਰੇ ਜਾਣੇ ਦੀਦੀ ਤੇ ਸੌਂ ਗਿਆ ਚਾਹ ਨਹੀਂ ਪੀਣੀ ਉਹਨੇ ਹਾਂਜੀ ਗਾਈ ਤੇ ਮੈਂ ਹੁਣ ਬਣਾਉਣਾਗਾ ਵੀ ਮੈਗੀ ਅਤੇ ਟਾਈਮ ਹੋ ਗਿਆ ਵੀ ਇੱਕ ਵੱਜ ਗਏ 45 ਮਿੰਟ ਅਤੇ ਆਪਾਂ ਨੂੰ ਮੈਗੀ ਬਣਾਉਣ ਲੱਗੇ ਹਾਂ ਚੈੱਕ ਕਰੋ ਮੈਗੀ ਅਤੇ ਕਾਕੇ ਵਾਸਤੇ ਮੈਂ ਕਰਨ ਲੱਗਾ ਵੀ ਦੁੱਧ ਤਿਆਰ ਅਤੇ ਆਪਾਂ ਮੈਗੀ ਤਿਆਰ ਮੈਗੀ ਹੋ ਗਈ ਤਿਆਰ ਦੋਵੇਂ ਜਣਾਂ ਦੀ ਚੱਲੀ ਆਪਾਂ ਓਕੇ ਹੋ ਗਿਆ ਸਾਰਾ ਚੱਲੀ ਹੁਣ ਗਾਈ ਅਤੇ ਆਪਾਂ ਮੈਗੀ ਲੈ ਗਈ ਭੁੱਖ ਵੀ ਲੱਗੀ ਤੈਨੂੰ ਪਤਾ ਹੁਣ ਵੀ 2 ਵੀ ਬਚ ਗਏ ਗੈਸ ਆਪਾਂ ਤਰਨਾ ਕਰਕੇ ਬੰਦ ਲਓ ਜੀ ਗੈਸ ਜੀ ਆਪਾਂ ਕਰਤਾ ਸੀ ਬੰਦ ਅਤੇ ਤੁਸੀਂ ਸਫਾਈ ਵੀ ਕਰਤੀ ਆਪਾਂ ਕੋਈ ਨਹੀਂ ਆਪਾਂ ਖਾਨੇ ਖੁੱਲੇ ਆਪਾਂ ਲਾ ਦੇਣੇ ਆਪਾਂ ਛੇਤੀ ਹੁਣ ਘੈਂਟ ਜੀ ਬਣਾਉਣੇ ਚਲੋ ਇੱਥੇ ਵੀ ਬੋਕਸ ਉੱਤੇ ਵਾਲ ਪੇਪਰ ਲਾਵਾਂ ਘੈਂਟ ਜਿਹਾ ਇੱਥੇ ਪਹਿਲਾਂ ਲਾਵਾਂਗੇ ਟਾਇਲ 2 ਫੁੱਟ 'ਤੇ ਫਿਰ ਉਹਦੇ ਉੱਤੇ ਲਾਵਾਂਗੇ ਖਾਨੇ ਇੱਥੇ ਵੀ ਲਾਵਾਂਗੇ ਟਾਇਲ ਅਤੇ ਥੱਲੇ ਆਪਾਂ ਖਾਨੇ ਪਾਉਣੇ ਆ ਐਂ ਆਪਾਂ ਘੈਂਟ ਕਰਦਾ ਇੱਥੇ ਹੁਣ ਤਾਰ ਕੇ ਇੱਥੇ ਕੋਈ ਵਧੀਆ ਜਿਹਾ ਲਾਉਣਾ ਸ਼ੀਸ਼ਾ ਜਿਹਾ ਇੱਧਰ ਅਸੀਂ ਹੁਣ ਵੇਖਣ ਦੇ ਹਾਂ ਵਿਆਹ ਵਾਲੀ ਪਿਕਚਰ